ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡਾ, ਆਸਟ੍ਰੇਲੀਆ ਔਰ ਥੋੜ੍ਹੀ ਜਿਹੀ ਗੱਲ ਕਰਾਂਗੇ USA ਦੀ। ਅੱਜ ਥੋੜ੍ਹੇ ਜਿਹੇ ਨਵੇਕਲੇ ਪ੍ਰੋਗਰਾਮ ਨੇ, ਇੱਕ ਤਾਂ ਸੈਮੀਨਾਰ ਕੈਨੇਡਾ ਦਾ ਹੋਰਨ ਜਾ ਰਿਹਾ, ਇੱਕ ਉਹਨਾਂ ਬੱਚਿਆਂ ਦੀ ਗੱਲ ਕਰਾਂਗੇ ਜਿਹੜੇ ਕੈਨੇਡਾ ਸਮਰ ਪ੍ਰੋਗਰਾਮ ਲੈਣਾ ਚਾਹੁੰਦੇ ਨੇ। ਸਮਰ ਪ੍ਰੋਗਰਾਮ ਤੋਂ ਭਾਵ ਹੈ ਹੁਣ ਛੁੱਟੀਆਂ ਆ ਰਹੀਆਂ, ਜਿਹੜੇ ਬੱਚੇ 10 ਸਾਲ ਦੀ ਉਮਰ ਤੋਂ ਲੈ ਕੇ 17 ਸਾਲ ਦੀ ਉਮਰ ਦੇ ਵਿੱਚ ਨੇ, ਸਮਰ ਪ੍ਰੋਗਰਾਮ। ਇਹਨੂੰ ਕੋਈ ਪੱਕਾ ਵੀਜ਼ਾ ਨਹੀਂ ਸਮਝਣਾ, ਇਹ ਕੋਈ ਸਟੱਡੀ ਵੀਜ਼ਾ ਨਹੀਂ ਹੈ, ਇਹ ਕੋਈ ਵਰਕ ਰਾਈਟਸ ਨਹੀਂ। ਜਿਨ੍ਹਾਂ ਦੇ ਮਾਂ ਪਿਓ ਚਾਹੁੰਦੇ ਨੇ, ਜਿਹਨਾਂ ਕੋਲ ਪੈਸਾ ਹੈਗਾ ਕਿ ਸਮਰ ਪ੍ਰੋਗਰਾਮ ਕੈਨੇਡਾ ਦੇ ਵਿੱਚ ਬੱਚਿਆਂ ਦਾ ਲਵਾਇਆ ਜਾਵੇ, ਉਹ ਜਾ ਸਕਦੇ ਨੇ। ਇਹ ਪ੍ਰੋਗਰਾਮ ਕਿਵੇਂ ਦਾ ਹੈ, ਕੌਣ ਜਾ ਸਕਦਾ, ਕਿੰਨਾ ਖਰਚਾ, ਡਿਟੇਲ ਦੇ ਵਿੱਚ ਅਸੀਂ ਗੱਲ ਕਰਾਂਗੇ। ਉਸ ਤੋਂ ਇਲਾਵਾ ਆਸਟ੍ਰੇਲੀਆ ਬਾਰੇ ਵੀ ਕਾਫੀ ਸਾਰੀਆਂ ਗੱਲਾਂ ਮਤਾਂ ਜਿਹੜੀਆਂ ਹੈਗੀਆਂ ਅਸੀਂ ਕਰਾਂਗੇ। ਵਿਨਾ ਗੋਲ ਜੀ ਮੇਰੇ ਨਾਲ ਨੈਵੀਗੇਟਰ ਤੋਂ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਵਿਨਾ ਜੀ, ਪਹਿਲਾਂ ਤਾਂ ਮੈਂ ਗੱਲ ਕਰੂੰਗਾ ਸੈਮੀਨਾਰਾਂ ਦੇ ਵਿੱਚ, ਤੁਹਾਡਾ ਇਸ ਵਕਤ ਪੰਜਾਬ ਦੇ ਵਿੱਚ ਹੋ ਰਹੇ ਨੇ, ਹਰ ਕੋਈ ਰਿਪ੍ਰੈਜੈਂਟੇਟਿਵ ਨੂੰ ਬੁਲਾ ਕੇ ਆਪਣੇ ਦਫ਼ਤਰ 'ਚ ਜਾਂ ਹੋਟਲ ਬੁੱਕ ਕਰਾ ਕੇ ਬੱਚਿਆਂ ਦੇ ਰੂਬਰੂ ਕਰਦਾ, ਕੀ ਇੱਕ ਬੱਚੇ ਨੂੰ ਅਵੇਅਰਨੈਸ ਲਈ ਸਹੀ ਰਸਤਾ ਹੈ ਜਾਂ ਉਹ ਦਫ਼ਤਰਾਂ ਦੇ ਵਿੱਚ ਹੀ ਆਪਣੀ ਕਾਉਂਸਲਿੰਗ ਕਰਾਵੇ? ਰਣਵੀਰ ਜੀ, ਮੇਰੇ ਖਿਆਲ ਜਦ ਕਾਲਜ ਯੂਨੀਵਰਸਿਟੀ ਆਉਂਦੀ ਹੈ ਤਾਂ ਉਹ ਤਾਂ ਸਹੀ ਰਸਤਾ, ਕਿਉਂਕਿ ਉਹ ਡਾਇਰੈਕਟ ਇਨਫੋਰਮੇਸ਼ਨ ਦੇ ਰਹੇ ਹੈ। ਨੈਚੁਰਲ ਹੈ, ਜਿਹੜੇ ਪੁਰਾਣੇ ਰਿਪਿਊਟਿਡ ਕੰਸਲਟੈਂਟਸ ਹੋ, ਜਿੱਦਾਂ ਸਾਡੇ 18 ਸਾਲ ਤੋਂ ਪੁਰਾਣੀ ਕੰਪਨੀ ਹੈ, ਅਸੀਂ ਤਾਂ ਸਾਰੀ ਇਨਫੋਰਮੇਸ਼ਨ ਦੇ ਹੀ ਰਹੇ ਹਾਂ। ਲੇਕਿਨ ਜਦ ਯੂਨੀਵਰਸਿਟੀ ਜਾਂ ਕਾਲਜ ਆਉਂਦਾ, ਉਹਨਾਂ ਦੇ ਰਿਪ੍ਰੈਜੈਂਟੇਟਿਵ ਆਉਂਦੇ ਆ, ਅਤੇ ਬੱਚਾ ਉਹਨਾਂ ਦੇ ਨਾਲ ਗੱਲਬਾਤ ਕਰਦਾ, ਉਹਨੂੰ ਸ਼ਾਇਦ ਹੋਰ ਜ਼ਿਆਦਾ ਫੈਕਟ ਪਤਾ ਚੱਲਦੇ ਆ, ਉਹਦੀ ਐਲੀਜੀਬਿਲਿਟੀ ਹੈ ਕਿ ਨਹੀਂ ਹੈ, ਉਹ ਕਿਹੜੇ ਏਰੀਆ ਦੇ ਵਿੱਚ ਜਾ ਰਿਹਾ। ਨੈਚੁਰਲ ਇੱਕ ਇੰਟਰਨੈਸ਼ਨਲ ਆਫਿਸਰ ਨਾਲ ਜਦ ਬੱਚਾ ਮਿਲ ਲੈਂਦਾ, ਜਦ ਉੱਥੇ ਪਹੁੰਚਦਾ ਉਸ ਕੰਟਰੀ 'ਚ, ਸਮਝੋ ਕੈਨੇਡਾ ਵਿੱਚ ਬੱਚਾ ਪਹੁੰਚ ਰਿਹਾ, ਤਾਂ ਆਲਰੇਡੀ ਉਹ ਇੰਟਰਨੈਸ਼ਨਲ ਆਫਿਸਰ ਨੂੰ ਜਾਣਦਾ, ਤਾਂ ਉਹਨੂੰ ਥੋੜ੍ਹਾ ਜਿਹਾ ਕੰਫਰਟ ਲੈਵਲ ਫੀਲ ਹੁੰਦਾ ਕਿ ਮੈਂ ਇਸ ਬੰਦੇ ਨਾਲ ਪਹਿਲੇ ਗੱਲ ਕੀਤੀ ਹੋਈ ਹੈ। ਔਰ ਜਦ ਵੀ ਉੱਥੇ ਕੋਈ ਰਹਿਣ ਦਾ ਜਾਂ ਕਿਸੇ ਵੀ ਕਿਸਮ ਦਾ ਕੋਈ ਹੁੰਦਾ, ਉਹ ਉਸ ਬੰਦੇ ਨਾਲ ਡਾਇਰੈਕਟ ਗੱਲ। ਕਿਹੜੀਆਂ ਚੀਜ਼ਾਂ ਜਿਹੜਾ ਕੰਸਲਟੈਂਟ ਛੁਪਾਉਣ ਦੀ ਕੋਸ਼ਿਸ਼ ਕਰਦਾ, ਜਿਹੜੀਆਂ ਡਾਇਰੈਕਟ ਰਿਪ੍ਰੈਜੈਂਟੇਟਿਵ ਨੂੰ ਪੁੱਛ ਲੈਣੀ ਚਾਹੀਦੀਆਂ ਬੱਚਿਆਂ ਨੂੰ? ਆਮ ਤੌਰ 'ਤੇ ਜਿਹੜਾ ਇੱਕ ਅੱਛਾ ਕੰਸਲਟੈਂਟ ਹੋਏਗਾ, ਐਕਸਪੀਰੀਅੰਸ ਕੰਪਨੀ ਹੋਏਗੀ, ਉਹ ਕਦੀ ਵੀ ਕੋਈ ਚੀਜ਼ ਛੁਪਾਏਗੀ ਨਹੀਂ। ਇਹ ਕਿ ਕੰਸਲਟੈਂਟ ਕੋਲ ਬਹੁਤ ਸਾਰੀ ਯੂਨੀਵਰਸਿਟੀਜ਼ ਹੁੰਦੀ ਹੈ, ਬਹੁਤ ਸਾਰੇ ਕਾਲਜਸ ਹੁੰਦੇ ਆ, ਬਹੁਤ ਸਾਰੇ ਕੰਟਰੀਜ਼ ਹੁੰਦੀਆਂ, ਤੇ ਇੱਕ ਰਿਪ੍ਰੈਜੈਂਟੇਟਿਵ ਜਦ ਆਉਂਦਾ, ਖਾਲੀ ਸਪੈਸੀਫਿਕ ਲਈ ਕੰਮ, ਇੱਕ ਪਰਟੀਕੁਲਰ ਕਾਲਜ ਜਾਂ ਯੂਨੀਵਰਸਿਟੀ ਦੀ ਇਨਫੋਰਮੇਸ਼ਨ ਦੇਗਾ, ਪਰਟੀਕੁਲਰ ਪ੍ਰੋਗਰਾਮ ਦੀ ਇਨਫੋਰਮੇਸ਼ਨ ਦੇਗਾ, ਇਹ ਚੀਜ਼ ਹੋ ਜਾਂਦੀ ਹੈ। ਹੁਣ ਅਸੀਂ ਗੱਲ ਕਰ ਲਈਏ ਜੀ 26 ਤਰੀਕ ਦੀ, ਕੀ ਸਪੈਸ਼ਲਾਈਜੇਸ਼ਨ ਰਹੂਗੀ ਤੁਹਾਡੇ ਸੈਮੀਨਾਰ ਦੀ, ਜਿਹੜਾ 26 ਅਪ੍ਰੈਲ ਨੂੰ ਹੋਣ ਜਾ ਰਿਹਾ? ਇਹ ਪ੍ਰੋਵਿੰਸਿਸ ਦੀ ਯੂਨੀਵਰਸਿਟੀਜ਼ ਆ ਰਹੀਆਂ। ਪ੍ਰੋਵਿੰਸਿਸ ਦਾ ਮਤਲਬ ਹੈ, ਤੁਸੀਂ, ਤੁਹਾਨੂੰ ਪਤਾ ਹੀ ਹੋਏਗਾ, ਕੈਨੇਡਾ ਦੇ ਵਿੱਚ ਜਿਹੜੇ ਪ੍ਰੋਵਿੰਸਿਸ ਦੇ ਪ੍ਰੋਗਰਾਮ ਇਸ ਟਾਈਮ ਜ਼ਿਆਦਾ, PNP ਜ਼ਿਆਦਾ ਮਤਲਬ ਮਾਇਨੇ ਰੱਖਦਾ, ਕਿਉਂਕਿ ਬੱਚੇ ਦੀ PR ਦੇ ਵਿੱਚ, ਲਾਸਟ ਪ੍ਰੋਗਰਾਮ 'ਚ ਵੀ ਮੈਂ ਦੱਸਿਆ ਸੀਗਾ, ਸਾਡੇ ਬੱਚੇ ਜਿਹੜੇ 1.5-1.5 ਸਾਲ 'ਚ PR ਹੋ ਗਿਆ, ਨਹੀਂ ਤਾਂ 1.5 ਸਾਲ 'ਚ ਬੱਚਾ ਪੜ੍ਹ ਕੇ ਵੀ ਨਹੀਂ ਖਤਮ ਕਰਦਾ, ਅਤੇ ਇਸ ਕਰਕੇ ਅਸੀਂ ਪ੍ਰੋਵਿੰਸਿਸ ਵਾਲਿਆਂ ਨੂੰ ਬੁਲਾਇਆ ਹੋਇਆ। ਕਿਹੜੀ ਪ੍ਰੋਵਿੰਸ ਤੋਂ ਆ ਰਹੇ? ਸਾਡੇ ਨੋਵਾ ਸਕੋਸ਼ੀਆ ਤੋਂ ਆ ਰਹੇ ਆ, ਸਸਕੇਚਵਨ ਤੋਂ ਆ ਰਹੇ ਆ, ਅਲਬਰਟਾ ਤੋਂ ਆ ਰਹੇ ਆ। ਓਕੇ, ਕਿੰਨੇ PNP ਨੇ? ਤਿੰਨੋਂ PNP ਹੈ। ਐਂਡ BC PNP ਦਾ ਸਾਡਾ 7 ਤਰੀਕ ਨੂੰ ਹੋਏਗਾ ਸੈਮੀਨਾਰ, 7 ਮਈ ਨੂੰ ਹੋਏਗਾ। ਇਹ 26 ਤਰੀਕ ਨੂੰ ਹੈ। ਇਹ ਜਿਹੜੀ ਨੋਵਾ ਸਕੋਸ਼ੀਆ, ਸਸਕੇਚਵਨ, ਅਲਬਰਟਾ ਹੈਗੀ ਹੈ, ਇਹ ਇੱਕ ਯੂਨੀਵਰਸਿਟੀਆਂ ਨੂੰ ਸੱਦਾ ਦਿੱਤਾ ਜਾਂ ਕਾਲਜ ਵੀ ਨੇ ਇਹਦੇ ਵਿੱਚ? ਯੂਨੀਵਰਸਿਟੀ ਔਰ ਕਾਲਜਿਸ ਦੋਨੋਂ ਹੀ ਹੈ। ਇਹਨਾਂ ਦਾ ਇੱਕ ਬੈਨੀਫਿਟ ਹੈ, ਯੂਨੀਵਰਸਿਟੀਜ਼ ਦਾ ਵੀ ਜੋ ਹੈ, ਅਤੇ ਇਹਦੇ ਪ੍ਰੋਗਰਾਮ ਇੱਦਾਂ ਹੁੰਦੇ ਕਿ ਸਮਝੋ ਬੱਚਾ ਡਿਗਰੀ ਪ੍ਰੋਗਰਾਮ 'ਚ ਜਾਣਾ ਚਾਹੁੰਦਾ। ਕੈਨੇਡਾ ਦੇ ਵਿੱਚ ਮੈਕਸੀਮਮ ਡਿਗਰੀ ਪ੍ਰੋਗਰਾਮ 4 ਸਾਲ ਦੇ ਹੁੰਦੇ ਆ, ਪਰ ਇਹ ਯੂਨੀਵਰਸਿਟੀਜ਼ ਦੇ ਵਿੱਚ ਆਲਮੋਸਟ 3 ਸਾਲ ਦੇ। ਔਰ ਜਦ ਬੱਚਾ ਚਾਹੁੰਦਾ ਕਿ ਮੈਂ 2 ਸਾਲ ਦਾ ਡਿਪਲੋਮਾ ਕਰਕੇ ਮੈਂ ਐਗਜ਼ਿਟ ਕਰ ਜਾਵਾਂ, ਮਤਲਬ ਡਿਗਰੀ ਨਾ ਕੰਪਲੀਟ ਕਰਾਂ, ਤਾਂ ਐਗਜ਼ਿਟ ਕਰ ਸਕਦਾ। ਇਹ ਸਾਰੀ ਯੂਨੀਵਰਸਿਟੀਆਂ 'ਚ ਇਹਨਾਂ ਨੇ ਫੈਸਿਲਿਟੀ ਮੈਕਸੀਮਮ ਰੱਖੀ ਹੋਈ ਹੈ, ਕਿਉਂਕਿ ਸਾਡੇ ਕੋਲ ਜਿੱਦਾਂ ਵੈਨਕੂਵਰ ਸਾਈਡ ਵੀ ਹੈ ਔਰ ਇੱਧਰ ਟੋਰਾਂਟੋ ਸਾਈਡ ਵੀ ਯੂਨੀਵਰਸਿਟੀਆਂ, ਉਹਨਾਂ ਨੇ ਵੀ ਇਹ ਆਪਸ਼ਨ ਰੱਖੀ ਹੋਈ ਹੈ ਕਿ ਜੇ ਬੱਚਾ 2 ਸਾਲ ਕੰਪਲੀਟ ਕਰਕੇ, ਉਹਨੂੰ ਲੱਗਦਾ ਨਹੀਂ ਮੈਂ ਹੁਣ 2 ਈਅਰਸ ਕੰਪਲੀਟ ਹੋ ਗਏ, ਮੈਂ ਡਿਪਲੋਮਾ ਲੈ ਕੇ ਆਪਣਾ 3 ਸਾਲ ਦਾ ਵਰਕ ਪਰਮਿਟ ਲੈ ਲਾਂ, ਉਹਨਾਂ ਨੇ ਵੀ ਰੱਖੀ ਹੋਈ ਹੈ। ਪਰ ਇਹਦੇ ਵਿੱਚ ਕੀ ਹੈ ਕਿ ਬੱਚਾ 1 ਸਾਲ ਹੋਰ ਲਗਾ ਕੇ ਉਹਦੇ ਹੱਥ 'ਚ ਡਿਗਰੀ ਆ ਜਾਂਦੀ ਹੈ, ਅਤੇ ਮੈਂ ਤਾਂ ਇਹੀ ਪ੍ਰੈਫਰ ਕਰੂੰਗੀ ਕਿ ਬੱਚਾ ਜਿਹੜਾ ਡਿਗਰੀ ਲੈ ਕੇ ਕੰਪਲੀਟ ਕਰਕੇ ਜਾਏ, ਕਿਉਂਕਿ ਇਹਨਾਂ ਦੇ ਵਿੱਚ ਪ੍ਰੋਗਰਾਮ ਬਹੁਤ ਅੱਛੇ ਹੈ। ਪੈਟਰੋਲੀਅਮ ਇੰਜੀਨੀਅਰਿੰਗ ਹੋ ਗਿਆ ਤੁਹਾਡਾ, ਹੈਵੀ ਮਸ਼ੀਨ ਵਾਲਾ ਹੋ ਗਿਆ, ਇਲੈਕਟ੍ਰੀਕਲ ਹੈਵੀ ਮਸ਼ੀਨ ਇਕਿਪਮੈਂਟ, ਇਹਦੇ ਵਿੱਚ ਕੀ ਹੈ ਜਿਹੜੇ ਪੈਟਰੋਲੀਅਮ ਇੰਡਸਟਰੀ 'ਚ ਹੈਵੀ ਮਸ਼ੀਨਸ ਦਾ ਕੰਮ ਕਰਨਾ ਹੈ ਉਹ ਵਾਲਾ ਹੋ ਜਾਂਦਾ। IT ਪ੍ਰੋਗਰਾਮਸ ਹੈ, ਬਿਜ਼ਨਸ ਪ੍ਰੋਗਰਾਮਸ ਹੈ, ਬਹੁਤ ਅੱਛੇ ਅੱਛੇ ਪ੍ਰੋਗਰਾਮਸ ਹੈ, ਜਿਹਦੇ ਵਿੱਚ ਕਿ ਅਲਬਰਟਾ ਦੇ ਇੰਡਸਟਰੀਜ਼ ਆ ਕੇ ਯੂਨੀਵਰਸਿਟੀਜ਼ ਦੇ ਵਿੱਚ ਆਪ ਬੱਚੇ ਦੇ ਇੰਟਰਵਿਊ ਲੈਂਦੀਆਂ, ਬੱਚਿਆਂ ਨੂੰ ਲੈ ਕੇ ਜਾਂਦੀਆਂ, 100% ਪਲੇਸਮੈਂਟ ਰਿਕਾਰਡ ਹੈ ਇਹਨਾਂ ਦਾ। ਅੱਛਾ, ਬਿਨਾਂ ਜੀ ਇੱਕ ਚੀਜ਼ ਦੱਸੋ, ਬਹੁਤ ਸਾਰੇ ਬੱਚਿਆਂ ਨੂੰ PNP ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ, ਸੀਟਾਂ ਫੁੱਲ ਹੋ ਗਈਆਂ ਜਾਂ ਰਿਕੁਆਇਰਮੈਂਟ ਪੂਰੀ ਨਹੀਂ ਹੋਈ। ਫੋਰ ਐਗਜ਼ਾਮਪਲ, ਉਹ ਟੋਰਾਂਟੋ ਪੜਿਆ, ਪੜ੍ਹਾਈ ਤੋਂ ਬਾਅਦ ਉਹਨੂੰ ਰਿਸ਼ਤੇਦਾਰ ਜਾਂ ਕੰਸਲਟੈਂਟ ਸਲਾਹ ਦੇ ਦਿੰਦਾ ਜੀ ਤੂੰ ਮੈਨੀਟੋਬਾ ਮੂਵ ਹੋ ਜਾ, ਉੱਥੋਂ ਦੀ ਜਿਹੜੀਆਂ PNP ਦੀਆਂ ਫੈਸਿਲਿਟੀਜ਼ ਲੈ ਲੈ। ਕੀ ਜਿਹੜਾ ਮੈਨੀਟੋਬਾ ਬੱਚਾ ਪੜਿਆ ਔਰ ਟੋਰਾਂਟੋ ਤੋਂ ਪੜ੍ਹ ਕੇ ਗਿਆ, ਦੋਵਾਂ ਨੂੰ ਸੇਮ ਟ੍ਰੀਟਮੈਂਟ? ਬਿਲਕੁਲ ਰਣਵੀਰ ਜੀ, ਨਹੀਂ, ਜਿਹੜਾ ਬੱਚਾ ਉੱਥੇ ਪੜਿਆ ਉਹਦਾ ਉਹ ਵੀ ਟਾਈਮ ਕਾਊਂਟ ਹੁੰਦਾ, ਔਰ ਜਿਹੜਾ ਬੱਚਾ ਬਾਹਰ ਤੋਂ ਆਇਆ ਉਹਨੂੰ ਸਮਝੋ ਹੈ ਨਾ 2 ਸਾਲ ਕੰਮ ਕਰਨਾ ਪਏਗਾ, ਉਹਨੂੰ 2 ਸਾਲ ਕੰਮ ਕਰਕੇ ਹੀ
PR ਮਿਲੇਗੀ ਔਰ ਇੱਦਾਂ ਜੇ ਬੱਚੇ ਨੇ ਸਾਲ ਆਪਣੀ ਪੜ੍ਹਾਈ ਕਰ ਲਈ ਜਾਂ 2 ਸਾਲ ਪੜ੍ਹਾਈ ਕਰ ਲਈ ਹੈ ਉਹਦੇ ਵਿੱਚ ਕਈ ਸਟੇਟਸ ਦੇ ਵਿੱਚ ਮੈਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀ 960 hours ਸਮਝੋ ਉਹਦੇ ਕੰਮ ਕਰਨ ਦਾ ਪੂਰਾ ਟਾਈਮ ਹੁੰਦਾ ਜਿਹਦੇ ਬਾਅਦ ਉਹ PR ਪਾ ਸਕਦਾ ਤੇ ਬੱਚਾ ਪੜ੍ਹਨ ਦੇ ਟਾਈਮ ਵੀ ਜਿਹੜਾ 20 hours ਦਾ ਕੰਮ ਕਰ ਰਿਹਾ ਉਹ 960 hours 'ਚ ਕਾਊਂਟ ਹੁੰਦਾ ਸਮਝੋ ਇੱਕ ਕੋਰਸ ਆ ਸਾਡੇ ਕੋਲ ਇਹਦੇ ਵਿੱਚ ਸਸਕੇਚੁਅਨ 'ਚ ਉਹਦੇ ਵਿੱਚ ਜਿਹੜਾ 1 ਸਾਲ ਦਾ ਪ੍ਰੋਗਰਾਮ ਹੈ ਉਹ 8 ਮਹੀਨੇ 'ਚ ਕੰਪਲੀਟ ਹੁੰਦਾ ਦੈਟ ਮੀਨਸ 4 ਮਹੀਨੇ ਉਹਨੂੰ ਕੰਮ ਕਰਨ ਵਾਸਤੇ ਮਿਲ ਗਏ ਔਰ ਜਿਹੜਾ 20 hours ਹੋਇਆ ਉਹ ਵੀ ਕੰਮ ਵਾਸਤੇ ਮਿਲ ਗਿਆ 1-2 ਮਹੀਨੇ ਹੋਰ ਬਚਦੇ ਜਿਹਦੇ ਵਿੱਚ ਬੱਚਾ ਕੰਮ ਕਰਕੇ ਫਾਈਲ ਲਗਾ ਦਿੰਦਾ ਤਾਂ ਹੀ ਸਾਡੇ ਸਟੂਡੈਂਟਸ ਦੀ 1-1.5 ਸਾਲ ਦੇ ਅੰਦਰ ਅੰਦਰ PR ਹੋਈ ਹੈ ਤੁਸੀਂ ਕੈਲਕੂਲੇਸ਼ਨ ਫਾਇਦਾ ਕੀ ਹੈ ਜਿਵੇਂ ਟੋਰਾਂਟੋ ਛੱਡ ਕੇ ਅਸੀਂ ਮੈਨੀਟੋਬਾ ਚਲੇ ਗਏ ਸਸਕੈਚੁਅਨ ਚਲੇ ਗਏ BC ਚਲੇ ਗਏ ਉਹਦੇ ਕੋਈ ਬੈਨੀਫਿਟ ਹੁੰਦੇ ਆ ਬੇਸਿਕਲੀ ਜਿਹੜਾ ਟੋਰਾਂਟੋ ਦੀ ਪ੍ਰੋਬਲਮ ਕੀ ਆਉਂਦੀ ਹੈ ਕਿ ਬੱਚੇ ਨੂੰ ਉੱਥੇ ਪੜ੍ਹਾਈ ਖਤਮ ਕਰਨ ਦੇ ਬਾਅਦ ਜੌਬ ਨਹੀਂ ਮਿਲਦੀ ਹੋਣੀ ਜੌਬ ਨਹੀਂ ਮਿਲਦੀ ਹੈ ਜਾਂ ਜਿਹੜੀ ਜੌਬ ਕਰਨੀ ਉਹ ਮੈਨੇਜਰੀਅਲ ਲੈਵਲ ਤੇ ਕਰਨੀ ਹੈ ਹੁਣ ਜਿਹੜਾ ਬੱਚਾ ਪੜ੍ਹ ਕੇ ਆਇਆ ਇੱਕਦਮ ਤੋਂ ਮੈਨੇਜਰ ਬਣ ਨਹੀਂ ਸਕਦਾ ਜੇ ਮੈਨੇਜਰੀਅਲ ਲੈਵਲ ਤੇ ਜੌਬ ਨਹੀਂ ਹੋਏਗੀ ਤਾਂ ਉਹਨੂੰ PR 'ਚ ਪ੍ਰੋਬਲਮ ਆਏਗੀ ਇਸ ਕਰਕੇ ਉਹ ਸਟੇਟਸ 'ਚ ਜਾਂਦੇ ਆ ਉੱਥੇ ਖਾਲੀ ਤੁਹਾਡੇ ਕੋਲ ਜੌਬ ਆਫਰ ਲੈਟਰ ਹੋਣੀ ਚਾਹੀਦੀ ਹੈ ਇੱਕ ਪਲੱਸ ਪੁਆਇੰਟ ਇਹਨਾਂ ਦਾ ਇਹ ਹੈ ਚਾਹੇ BC PNP ਦਾ ਪ੍ਰੋਗਰਾਮ ਹੈ ਚਾਹੇ ਸਸਕੇਚੁਅਨ ਦਾ ਖਾਲੀ ਇਹ ਨਹੀਂ ਕਿ ਸੇਮ ਫੀਲਡ 'ਚ ਤੁਹਾਡੇ ਕੋਲ ਜੌਬ ਹੋਣੀ ਚਾਹੀਦੀ ਜੋ ਮਰਜ਼ੀ ਜੌਬ ਆਫਰ ਲੈਟਰ ਹੋਏ ਬੱਚੇ ਕੋਲ ਔਰ ਆਪਣਾ PR ਦੇ ਵਾਸਤੇ ਅਪਲਾਈ ਕਰ ਸਕਦੇ ਇਸ ਵਕਤ ਸੈਪਟੈਂਬਰ ਲਈ ਕਿੰਨਾ ਕੁ ਸਮਾਂ ਬਚਿਆ ਹੈ ਕਿਉਂਕਿ ਪਲੱਸ 2 ਦਾ ਪੇਪਰ ਵੀ ਹੋਣੇ ਆ ਰਿਜ਼ਲਟ ਵੀ ਆਉਣਾ ਕੈਨੇਡਾ ਨੂੰ ਤਰਜੀਹ ਦੇ ਰਹੇ ਨੇ ਜਾਂ ਪੰਜਾਬ ਦੀ ਐਪਲੀਕੇਸ਼ਨ ਹੀ ਚਲੀ ਗਈ ਹੈ ਓਵਰਆਲ ਵਰਲਡ ਤੋਂ ਤੇ ਜਾ ਹੀ ਰਹੇ ਪੰਜਾਬ ਦਾ ਸਾਰਿਆਂ ਨੂੰ ਪਤਾ ਕਿ ਹਰ ਕੰਟਰੀ ਦੇ ਇਸ ਟਾਈਮ ਕੋਈ ਨਾ ਕੋਈ ਪ੍ਰੋਬਲਮ ਚੱਲ ਰਹੀ ਹੈ US ਦਾ ਥੋੜਾ ਜਿਹਾ ਵੀਜ਼ਾ ਸਟ੍ਰਿਕਟ ਹੋਇਆ ਸੀਗਾ ਜਦਕਿ ਜੈਨੂਇਨ ਬੱਚਿਆਂ ਨੂੰ ਮਿਲ ਰਿਹਾ ਮੈਂ ਅੱਜ ਵੀ ਇਹ ਗੱਲ ਕਹੂੰਗੀ ਜੇ ਇੱਕ ਹੁੰਦਾ ਨਾ ਕਿ ਜਿੱਦਾਂ ਬਹੁਤ ਸਾਰੇ ਵੀਜ਼ਾ ਦੇਤੇ ਇੱਕ ਜੇ ਜੈਨੂਇਨ ਵੀਜ਼ਾ ਮੀਨਸ ਜੈਨੂਇਨ ਵੀਜ਼ਾ ਕਿ ਬੱਚੇ ਨੂੰ ਇੰਗਲਿਸ਼ ਠੀਕ ਬੋਲਣਾ ਆਉਣੀ ਚਾਹੀਦੀ ਹੈ ਫਾਈਨੈਂਸ਼ੀਅਲੀ ਉਹ ਠੀਕ ਹੋਏ ਔਰ ਨਿਊਜ਼ੀਲੈਂਡ ਨੇ ਬਹੁਤ ਸਟ੍ਰਿਕਟ ਕੀਤਾ ਹੋਇਆ ਠੀਕ ਹੈ ਆਸਟ੍ਰੇਲੀਆ ਇੱਕ ਅੱਛੇ ਬੱਚੇ ਨੂੰ ਲੈ ਰਿਹਾ ਤੇ ਇਸ ਕਰਕੇ ਕੈਨੇਡਾ ਦਾ ਥੋੜਾ ਵੀਜ਼ਾ ਸਕਸੈਸ ਰੇਟ ਜ਼ਿਆਦਾ ਤੇ ਨੈਚੁਰਲ ਹੈ ਜਿੱਦਾਂ ਚੀਜ਼ ਜ਼ਿਆਦਾ ਮਿਲਦੀ ਹਰ ਬੱਚਾ ਉੱਧਰ ਨੂੰ ਭੱਜਦਾ ਖਾਲੀ ਇਹਨਾਂ ਦੀ ਰਿਕੁਆਇਰਮੈਂਟ ਹੈ 6 ਬੈਂਡ ਨਾਟ ਲੈਸ ਦੈਨ 5.5 ਪਰ ਸਾਡੇ ਕੋਲ ਕੁਝ ਯੂਨੀਵਰਸਿਟੀਜ਼ ਹੈ ਜਿਹੜੀ ਵਿਦਆਊਟ ਆਇਲਸ ਲੈ ਰਹੀਆਂ ਜੋ ਬੱਚਾ CBSE ਤੋਂ ਪੜਿਆ ਹੋਇਆ 65% ਮਾਰਕਸ ਹੈ ਤੇ ਵਿਦਆਊਟ ਆਇਲਸ ਮਤਲਬ ਜਿਹੜੇ ਬੱਚੇ ਹੁਣ ਪ੍ਰੋਗਰਾਮ ਦੇਖ ਰਹੇ ਆ ਤੁਹਾਡਾ ਜਿਹੜਾ ਕੁਐਸਚਨ ਹੈ ਕਿ ਐਗਜ਼ਾਮ ਖਤਮ ਹੋਣ ਹੋਏ ਆ ਉਹਨਾਂ ਯੂਨੀਵਰਸਿਟੀਜ਼ ਦੇ ਵਿੱਚ ਉਹਨਾਂ ਨੇ ਇੱਕ ਵੇਵਰ ਦਿੱਤਾ ਕਿਉਂਕਿ ਬੱਚਾ CBSE ਦਾ ਬੱਚਾ 65% ਮਤਲਬ ਪੜ੍ਹਨ ਵਾਲਾ ਬੱਚਾ ਉਹ ਖਾਲੀ ਸਾਨੂੰ ਇੱਕ ਲੈਟਰ ਦਿੰਦਾ ਕਿ ਮੈਂ ਇੰਗਲਿਸ਼ ਮੀਡੀਅਮ ਸਕੂਲ ਤੋਂ ਪੜ੍ਹਿਆ ਉਹਦੀ ਆਇਲਸ ਵੇਵਰ ਹੋ ਜਾਂਦੀ ਹੈ ਜਾਂ ਜਿਹੜੀ ਕੁਝ ਯੂਨੀਵਰਸਿਟੀਆਂ ਨੂੰ ਆਇਲਸ ਚਾਹੀਦੀ ਹੈ ਉਹਦੇ ਵਿੱਚ ਉਹ ਇੱਕ ਦੇ ਵਿੱਚ 5 ਬੈਂਡ ਵੀ ਐਕਸੈਪਟ ਕਰ ਰਿਹਾ ਜਾਂ ਓਵਰਆਲ ਕੁਝ ਯੂਨੀਵਰਸਿਟੀ 5.5 ਤੇ ਵੀ ਐਡਮਿਸ਼ਨ ਅੱਛਾ 5 ਬੈਂਡ ਤੇ ਹੀ ਲੈ ਲੈਣੇ ਹਾਂ ਇੱਕ ਦੇ ਵਿੱਚ ਇਹ ਮੋਡਿਊਲ 'ਚ ਜਾਂ 5 ਬੈਂਡ ਬੈਂਡ ਹੈ ਉਹ ਬੱਚਿਆਂ ਦੀ ਪ੍ਰੋਬਲਮ ਉਹਦੀ ਪਰਸੈਂਟੇਜ ਕਿੰਨੀ ਚਾਹੀਦੀ ਹੈ ਫਿਰ ਬੱਚੇ ਦੀ ਹਰ ਬੱਚੇ ਦੀ 60% ਅਬਵ ਅਸੀਂ ਪਰਸੈਂਟੇਜ ਦੇਖਦੇ ਹਾਂ ਯੂਨੀਵਰਸਿਟੀਆਂ ਦਾ ਜਿਹੜਾ ਕ੍ਰਾਈਟੇਰੀਆ ਮੈਂ ਨੇ ਰੱਖ ਦਿਆ ਜਾਂ ਪਰ ਸਬਜੈਕਟ ਮੈਂ ਨੇ ਰੱਖ ਦਿਆ ਆਸਟ੍ਰੇਲੀਆ ਦਾ ਪਰ ਸਬਜੈਕਟ ਕੈਨੇਡਾ ਦਾ ਪਰ ਸਬਜੈਕਟ ਕਾਲਜਸ ਕੁਝ ਕਾਲਜਸ ਕਹਿੰਦੇ ਆ ਕਿ ਪਰ ਉਹਦੇ ਵਿੱਚ ਵੀ ਜੇ ਬੰਦਾ ਕੰਸਲਟੈਂਟ ਟੈਕਨੀਕਲ ਉਹਨੂੰ ਪਤਾ ਹੋਏ ਮੈਂ 33% ਸ਼ਾਇਦ ਹਰ ਪ੍ਰੋਗਰਾਮ 'ਚ ਮੈਂ ਦੱਸਦੀ ਹਾਂ ਕਿ ਮੈਥ ਜਿਹੜਾ ਮੇਨ ਹੈ ਉਹਦੇ ਵਿੱਚ 33% ਵਾਲਿਆਂ ਦੇ ਮੈਕਸੀਮਮ ਮੈਂ ਵੀਜ਼ਾ ਲਗਵਾਏ ਆ ਓਕੇ ਮਤਲਬ ਇਹ ਕੰਮ ਕਰਨਾ ਆਉਣਾ ਚਾਹੀਦਾ ਕੰਸਲਟੈਂਟ ਨੂੰ ਕਿ ਕੈਨੇਡਾ ਦੀ ਫਾਈਲ ਕਿੱਦਾਂ ਬਣਾਉਣੀ ਹੈ ਇਹ ਮੇਨ ਹੁੰਦਾ ਕਿ ਤੁਸੀਂ ਹੈ ਨਾ ਇੱਕ ਸਬਜੈਕਟ ਜੇ ਮੇਨ ਸਬਜੈਕਟ ਇੰਜੀਨੀਅਰਿੰਗ ਹੈ ਔਰ ਉਹਦੇ ਵਿੱਚ ਮੈਥ ਦੀ ਰਿਕੁਆਇਰਮੈਂਟ ਹੈ ਔਰ ਜੇ ਤੁਸੀਂ ਮੈਥ ਦੇ ਹੀ 33 ਨੰਬਰ ਦਿਖਾਓਗੇ ਵੀਜ਼ਾ ਨਹੀਂ ਲੱਗੇਗਾ ਉਹਨਾਂ ਦੀ ਬੇਸਿਕਲੀ ਓਵਰਆਲ ਰਿਕੁਆਇਰਮੈਂਟ ਹੁੰਦੀ ਹੈ ਬੱਚੇ ਦੇ ਨਾਲ ਕੰਮ ਬਹੁਤ ਕਰਨਾ ਪੈਂਦਾ ਇਹਦੇ ਵਿੱਚ ਕਿ SOP ਮੈਨੇ ਰੱਖਦੀ ਹੈ ਜਦੋਂ ਅੱਛੀ ਪ੍ਰੋਫਾਈਲ ਬਣਦੀ ਹੈ ਅੱਛਾ ਹਰ ਕੰਟਰੀ ਦੇ ਵਿੱਚ ਹੀ ਰਣਵੀਰ ਜੀ SOP ਇੱਕ ਐਸਾ ਡਾਕੂਮੈਂਟ ਹੈ ਜਿਹੜਾ ਹੋਰ ਤਾਂ ਕੁਝ ਜਾਂਦਾ ਨਹੀਂ ਐਪਲੀਕੇਸ਼ਨ ਤੇ ਐਸੀ ਚੀਜ਼ ਜਿਹੜੀ ਬੱਚੇ ਨੂੰ ਪਲੱਸ ਪੁਆਇੰਟ ਵੱਲ ਲੈ ਕੇ ਜਾਂਦੇ ਪਲੱਸ ਪੁਆਇੰਟ ਵੱਲ ਇਹ ਹੈ ਕਿ ਇਹਨਾਂ ਨੂੰ ਓਲਡ ਫੰਡ ਨਹੀਂ ਚਾਹੀਦੇ ਇਹਨਾਂ ਲੇਕਿਨ ਫਾਈਨੈਂਸ਼ੀਅਲੀ ਤੇ ਸਟਰੋਂਗ ਦੇਖਦੀ ਹੈ ਫਾਰਮ ਦੇ ਵਿੱਚ ਤੇ ਜਾ ਹੀ ਰਿਹਾ ਸਾਰਾ ਕੁਝ ਕਿ ਫੈਮਿਲੀ ਕਿੱਦਾਂ ਦੀ ਹੈ ਕਿੰਨੇ ਸਿਬਲਿੰਗ ਆ ਉਹ ਤੇ ਸਾਰਾ ਕੁਝ ਹੀ ਜਾ ਰਿਹਾ ਉਹ ਤੇ ਸਾਰਾ ਮਾਇਨੇ ਰੱਖਦਾ ਹੀ ਹੈ ਹਰ ਅੰਬੈਸੀ ਦੇ ਵਿੱਚ ਉਹ ਮਾਇਨੇ ਰੱਖਦਾ ਬਾਕੀ ਬੱਚਾ ਜਦ SOP 'ਚ ਸਾਰਾ ਕਹਿੰਦਾ ਕਿ ਫਾਈਨੈਂਸ਼ੀਅਲੀ ਮੈਂ ਠੀਕ ਹਾਂ ਇਹ ਹੈ ਉਹ ਹੈ ਨੈਚੁਰਲ ਔਰ ਬੱਚੇ ਦੀ ਇਨ ਡੈਪਥ ਕਿੰਨੀ ਨੌਲੇਜ ਆ ਉਹਦੀ ਸਬਜੈਕਟ ਦੀ ਔਰ ਕਿੰਨਾ ਉਹ ਜਿਹੜਾ ਸਬਜੈਕਟ ਲੈ ਕੇ ਜਾ ਰਿਹਾ ਉਹ ਸਬਜੈਕਟ ਦੇ ਵਿੱਚ ਕੀ ਅਚੀਵਮੈਂਟ ਕਰਨਾ ਚਾਹ ਰਿਹਾ ਇਹ ਚੀਜ਼ਾਂ ਤੇ ਮੈਟਰ ਕਰਦੀਆਂ ਜੀ ਹੁਣ ਅਸੀਂ ਪ੍ਰੋਗਰਾਮ ਦੀ ਗੱਲ ਕਰੀਏ ਜਿਹੜਾ ਤੁਸੀਂ ਦੱਸ ਰਹੇ ਸੀ ਕੋਈ ਸਪੈਸ਼ਲ ਪ੍ਰੋਗਰਾਮ ਜਿਹੜਾ ਸਮਰ ਕੈਂਪਸ ਜਿਹੜੇ ਲੱਗਦੇ ਨੇ ਇਸ ਵਕਤ ਕੈਨੇਡਾ ਦੇ ਵਿੱਚ 10 ਸਾਲ ਤੋਂ 17 ਸਾਲ ਦੀ ਉਮਰ ਦੇ ਵਿੱਚ ਇਹ ਪ੍ਰਾਈਵੇਟ ਪ੍ਰੋਜੈਕਟ ਹੈ ਜਾਂ ਸਰਕਾਰ ਵੱਲੋਂ ਕੋਈ ਇਨਵੀਟੇਸ਼ਨ ਹੈ ਕਦੇ ਵੀ ਕੋਈ ਵੀ ਸਰਕਾਰ ਵੱਲੋਂ ਕੋਈ ਇਨਵੀਟੇਸ਼ਨ ਇਦਾਂ ਦਾ ਨਹੀਂ ਹੁੰਦਾ ਜਿੰਨੇ ਵੀ ਸਕੂਲਸ ਐਂਡ ਗਵਰਨਮੈਂਟ ਸਕੂਲਸ ਹੁੰਦੇ ਬੇਸਿਕਲੀ ਸਰਕਾਰ ਦਾ ਇਨਵੀਟੇਸ਼ਨ ਹੋਣਾ ਕਿ ਸਰਕਾਰ ਕਹਿ ਰਹੀ ਹੈ ਤੁਸੀਂ ਆ ਜਾਓ ਇਹ ਹੁੰਦੇ ਗਵਰਨਮੈਂਟ ਸਕੂਲਸ ਹੈ ਪਾਇਲਟ ਪ੍ਰੋਜੈਕਟ ਹੁੰਦਾ
ਉਹਦੇ ਵਿੱਚ ਸਕੂਲਸ ਇੱਕ ਅਰੇਂਜ ਕਰਦੇ ਆ ਸਮਝੋ ਆਪਣੇ ਬੱਚੇ ਮੇਰੇ ਖਿਆਲ ਪਿਛਲੇ 9 ਸਾਲ ਤੋਂ ਬਹੁਤ ਬੱਚਾ ਪੰਜਾਬ ਤੋਂ ਕੈਨੇਡਾ ਜਾ ਰਿਹਾ ਠੀਕ ਆ ਇਹ ਛੁੱਟੀਆਂ ਕੱਟਣ ਦਾ ਮਕਸਦ ਹੁੰਦਾ ਹੈ ਐਕਸਚੇਂਜ ਪ੍ਰੋਗਰਾਮ ਕੁਝ ਸਿੱਖਣ ਦਾ ਨਾ ਇਹਦੇ ਵਿੱਚ ਕੀ ਆ ਬੱਚਾ ਛੁੱਟੀਆਂ ਦੇ ਵਿੱਚ ਜਾ ਕੇ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ 2 ਵੀਕਸ ਤੋਂ ਲੈ ਕੇ 4 ਵੀਕਸ ਤੱਕ ਹੈ ਬੱਚਾ ਜਾ ਕੇ ਉੱਥੇ ਕਲਚਰ ਦੇਖ ਸਕਦਾ ਕਿੱਦਾਂ ਦਾ ਮੈਂ ਮੰਨ ਲਓ ਬੱਚਾ ਅਸੀਂ ਰੱਖਿਆ 10 ਤੋਂ 17 ਸਾਲ ਤੱਕ ਦੇ ਬੱਚਿਆਂ ਦਾ ਇਹ ਪ੍ਰੋਗਰਾਮ ਹੈ 10 ਤੋਂ 17 ਸਾਲ ਦੀ ਏਜ ਇੱਕ ਇੱਦਾਂ ਦੀ ਏਜ ਹੁੰਦੀ ਹੈ ਬੱਚੇ ਦੀ ਕਿ ਜਦ ਉਹ ਬਹੁਤ ਐਕਸਪਲੋਰ ਕਰਨਾ ਚਾਹੁੰਦਾ ਜਿਹੜੀ ਬੜੀ ਹਾਈ ਕਲਾਸ ਫੈਮਿਲੀਜ਼ ਆ ਹਮੇਸ਼ਾ ਚਾਹੁੰਦੀਆਂ ਕਿ ਸਾਡਾ ਬੱਚਾ 2 ਵੀਕਸ 3 ਵੀਕਸ ਵਾਸਤੇ ਬਾਹਰ ਐਬਰਾਡ ਘੁੰਮ ਕੇ ਆਏ ਦੇਖ ਕੇ ਆਏ ਉਹਨਾਂ ਦਾ ਕੀ ਕਲਚਰ ਹੈ ਪਲੱਸ 2 ਕਰਨ ਦੇ ਬਾਅਦ ਜਦ ਉਹ ਮਾਇੰਡ ਮੇਕਅਪ ਕਰੇ ਤਾਂ ਉਹਨੂੰ ਪਤਾ ਹੋਏਗਾ ਉਹ ਕੰਟਰੀ ਕਿੱਦਾਂ ਦੀ ਉਹਨਾਂ ਦੀ ਪੜ੍ਹਾਈ ਕਿੱਦਾਂ ਦੀ ਹੈ ਉਹਦੇ ਵਾਸਤੇ ਉਹ ਬਹੁਤ ਈਜ਼ੀ ਹੋ ਜਾਂਦਾ ਹੈ ਇਹ ਮੈਕਸੀਮਮ ਹਰ ਕੰਟਰੀ ਦਾ ਚੱਲਦਾ ਹੈ ਆਸਟ੍ਰੇਲੀਆ ਦਾ ਵੀ ਚੱਲਦਾ ਹੈ ਨਿਊਜ਼ੀਲੈਂਡ ਕੁਝ ਸਪੈਸੀਫਿਕ ਪਲੇਸਿਸ ਨੇ ਜਿੱਥੇ ਜਾਏਗਾ ਉਹ ਆਪਣੀ ਮਰਜ਼ੀ ਨਾਲ ਜਾ ਸਕਦੇ ਆਪਾਂ ਨਹੀਂ ਉਹ ਸਪੈਸੀਫਿਕ ਸਕੂਲਸ ਹੈ ਜਿੱਦਾਂ 8 ਸਕੂਲ ਦੇ ਨਾਲ ਸਾਡਾ ਟਾਈ ਅਪ ਇਸ ਟਾਈਮ 8 ਸਕੂਲ ਬੱਚਾ ਉੱਥੇ ਜਾ ਕੇ ਕੁਝ ਕਲਾਸਿਸ ਲਾਏਗਾ 2 ਵੀਕਸ ਦੇ ਵਿੱਚ ਬੱਚਾ ਪਲੇਸਿਸ ਦੇਖੇਗਾ ਕਲਾਸਿਸ ਲਗਾਏਗਾ ਉੱਥੇ ਦਾ ਓਵਰਆਲ ਕਲਚਰ ਦੇਖੇਗਾ ਇਹ ਸਾਰਾ ਉਹਨਾਂ ਦੇ ਟੀਚਰਸ ਹੁੰਦੇ ਆ ਸਾਡੇ ਟੀਚਰਸ ਨਾਲ ਜਾਂਦੇ ਆ ਉਹਨਾਂ ਦੀ ਤਰਫ ਤੋਂ ਹੁਣ ਇਹ ਵੀਜ਼ਾ ਦੀਆਂ ਸ਼ਰਤਾਂ ਕੀ ਨੇ ਜੀ ਵੀਜ਼ਾ ਦਾ ਇਹ ਛੋਟਾ ਪ੍ਰੋਗਰਾਮ ਹੈ ਕੋਈ ਬਹੁਤ ਲੰਬੇ ਫਾਈਨੈਂਸ਼ੀਅਲ ਡਾਕੂਮੈਂਟ ਨਹੀਂ ਚਾਹੀਦੇ ਆ ਲੰਬੇ ਚੌੜੇ ਨੈਚੁਰਲ ਹੈ ਕਿ ਉਹ ਦੇਖਣਗੇ ਬੱਚਾ ਛੋਟਾ ਉਹਦੀ ਰਿਸਪੋਂਸੀਬਿਲਟੀ ਸਕੂਲ ਨੇ ਲਿੱਤੀ ਹੋਈ ਵੀ ਗਵਰਨਮੈਂਟ ਸਕੂਲ ਹੈ ਕਿਉਂਕਿ ਇਹਨਾਂ ਦੀ ਅਕੋਮੋਡੇਸ਼ਨ ਵੀ ਵਿੱਚ ਹੀ ਹੁੰਦੀ ਹੈ ਉਹਨਾਂ ਦੇ ਜਿਹੜੇ ਟੀਚਰਸ ਹੈ ਅਕੋਮੋਡੇਸ਼ਨ ਹੈ ਸਾਰਾ ਕੁਛ ਵਿੱਚ ਹੀ ਹੈ ਅਤੇ ਵੀਜ਼ਾ ਦੀ ਸ਼ਰਤਾਂ ਕੋਈ ਇਹ ਨਹੀਂ ਕਿ ਉਹ ਕਹਿਣਗੇ ਬੱਚਾ ਨਹੀਂ ਵਾਪਸ ਆਏਗਾ ਕੋਈ ਪ੍ਰੋਬਲਮ ਹੈ ਐਕਸਚੇਂਜ ਇੱਕ ਕਿਸਮ ਨਾਲ ਐਕਸਚੇਂਜ ਪ੍ਰੋਗਰਾਮ ਛੋਟੇ ਨੂੰ ਸਵਾਲ ਆ ਜਾਂਦਾ ਨਾ ਕਿ ਏਅਰਪੋਰਟ ਤੋਂ ਲੈ ਕੇ ਉੱਥੇ ਤੱਕ ਲੈ ਕੇ ਜਾਣਾ ਕਿ ਮਾਂ ਬਾਪ ਜਾਏਗਾ ਨਾਲ ਸਕੂਲ ਲੈ ਕੇ ਜਾਏਗਾ ਰਿਸਪੋਂਸੀਬਿਲਟੀ ਕਿਸੇ ਸਕੂਲ ਦੀ ਰਿਸਪੋਂਸੀਬਿਲਟੀ ਹੈ ਜਿਹੜੀ ਇਹ ਸਕੂਲ ਨੇ ਕੰਪਨੀ ਅਪੁਆਇੰਟ ਕੀਤੀ ਹੁੰਦੀ ਇੱਧਰੋਂ ਅਸੀਂ ਅਪੁਆਇੰਟਡ ਹਾਂ ਉੱਧਰੋਂ ਕੈਨੇਡਾ ਦੇ ਵਿੱਚ ਕੰਪਨੀ ਅਪੁਆਇੰਟ ਹੁੰਦੀ ਹੈ ਜਿਹੜਾ ਇਹ ਸਾਰਾ ਪ੍ਰੋਗਰਾਮ ਅਰੇਂਜ ਕਰਦੇ ਆ ਉਹਨਾਂ ਦੇ ਬੰਦੇ ਲੈ ਕੇ ਜਾਂਦੇ ਇਹਨਾਂ ਦਾ ਰਹਿਣ ਦਾ ਬਹੁਤ ਸੇਫ ਐਟਮੋਸਫੇਅਰ ਹੁੰਦਾ ਕਿਉਂਕਿ ਬੱਚਿਆਂ ਦਾ ਮਾਮਲਾ ਹੁੰਦਾ ਇਹਨਾਂ ਤੋਂ ਮਤਲਬ ਉੱਥੇ ਦੇ ਜਿਹੜੇ ਸਪੋਰਟਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਲਾਸਿਸ ਦੀ ਟੀਚਿੰਗ ਦੀ ਜਾਣਕਾਰੀ ਪਲੱਸ 1 ਤੱਕ ਦਾ ਬੱਚਾ ਜਾ ਸਕਦਾ ਬਿਲਕੁਲ ਪਲੱਸ 1 ਦਾ ਬੱਚਾ 10th ਦਾ ਬੱਚਾ ਜਾਏਗਾ 9th ਦਾ ਬੱਚਾ ਜਾਏਗਾ ਉਹਨੂੰ ਬਹੁਤ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਸਾਰਾ ਕਲਚਰ ਤੇ ਉਹ ਬੱਚਾ ਉਹੀ ਸਟੇਜ ਆ ਬੱਚੇ ਨੂੰ ਜਿਹੜੀ ਦੇਖਣ ਦੀ ਔਰ ਉੱਥੇ ਸਿੱਖਣ ਦੀ ਜਿਵੇਂ ਆਪਾਂ ਕਹਿੰਦੇ ਨੇ ਕਿ ਸਟ੍ਰੀਮ ਵੀਜ਼ਾ ਦੇ ਵਿੱਚ ਸਟ੍ਰੀਮ ਦਾ ਬੜਾ ਅਸਰ ਹੁੰਦਾ ਕਿ ਮੈਡੀਕਲ ਨਾਨ ਮੈਡੀਕਲ ਇੰਜੀਨੀਅਰ ਵਾਲੇ ਬੱਚਿਆਂ ਦਾ ਜ਼ਿਆਦਾ ਵੀਜ਼ਾ ਲੱਗਦਾ ਹੈ ਜਾਂ ਬੋਰਡਸ ਦਾ ਬੜਾ ਫਰਕ ਹੁੰਦਾ ਹੈ 9th ਔਰ 10th ਜਾਂ 8th ਇਹਨਾਂ ਦੇ ਵਿੱਚ ਤੇ ਸਟ੍ਰੀਮ ਸਾਰੇ ਬੱਚਿਆਂ ਦੀ ਸੇਮ ਹੀ ਉਹ ਸਾਰਾ ਕੁਝ ਸੇਮ ਹੀ ਪੜ੍ਹ ਰਹੇ ਬੋਰਡ ਦੇ ਵਿੱਚ ਤੇ ਉਹਨੂੰ ਬੱਚਾ ਛੋਟਾ ਹੈ ਹਜੇ ਉਹਨੂੰ ਇੰਨਾ ਜ਼ਿਆਦਾ ਨਹੀਂ ਪਤਾ ਹੈ ਕਿਉਂਕਿ ਬੋਰਡ ਦਾ ਮਤਲਬ ਪਲੱਸ 2 ਦੇ ਬਾਅਦ ਉਹ ਵੀ ਆਸਟ੍ਰੇਲੀਆ ਨੇ ਥੋੜੇ ਜ਼ਿਆਦਾ ਨਖਰੇ ਕੀਤੇ ਬਾਕੀ ਕੈਨੇਡਾ ਦਾ ਤੇ ਉਹ ਵੀ ਕੋਈ ਨਖਰਾ ਨਹੀਂ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਹੜੇ ਬੋਰਡ ਤੇ ਹੈ ਉਹ ਆਸਟ੍ਰੇਲੀਆ ਦੇ ਵਿੱਚ ਹੈ ਕਿ ਯੂਨੀਵਰਸਿਟੀਆਂ ਨੂੰ ਵੀ ਉਹਨਾਂ ਨੇ ਕੈਟੇਗਰਾਈਜ਼ ਕੀਤਾ ਹੋਇਆ ਕੈਨੇਡਾ ਦੇ ਵਿੱਚ ਤੇ ਕੋਈ ਯੂਨੀਵਰਸਿਟੀ ਵੀ ਕੈਟੇਗਰਾਈਜ਼ ਨਹੀਂ ਹੈ ਕਿੰਨੇ ਟਾਈਮ ਦਾ ਵੀਜ਼ਾ ਲੱਗ ਸਕਦਾ ਜੀ ਬੱਚੇ ਦਾ ਦੇਖੋ ਜਿਹੜਾ ਕੋਈ ਵੀ ਮਿਨੀਮਮ ਵੀਜ਼ਾ ਹੈ ਕੈਨੇਡਾ ਦਾ ਉਹ 6 ਮੰਥ ਦਾ ਲੱਗਦਾ ਹੀ ਲੱਗਦਾ ਚਾਹੇ 2 ਵੀਕਸ ਦਾ ਪ੍ਰੋਗਰਾਮ ਆਏ ਚਾਹੇ 4 ਵੀਕਸ ਦਾ ਪ੍ਰੋਗਰਾਮ ਆਏ ਵੀਜ਼ਾ ਜਿਹੜਾ 6 ਮੰਥ ਦਾ ਹੁੰਦਾ ਇਹ ਵਾਕਈ ਇੱਕ ਬੱਚਿਆਂ ਲਈ ਲਾਹੇਵੰਦ ਪ੍ਰੋਗਰਾਮ ਹੋਏਗਾ ਜਾਂ ਸਕੂਲਿੰਗ ਵੀਜ਼ੇ ਦੀ ਤਰ੍ਹਾਂ ਇਹ ਮੈਕਸਿਮਮ ਹੋਣ ਕੇ ਬੱਚੇ ਰਣਵੀਰ ਜੀ ਮੇਰੇ ਖਿਆਲ ਇਹ ਪ੍ਰੋਗਰਾਮ ਟਾਈਮ ਟੂ ਟਾਈਮ ਜਿਹੜੇ ਬਹੁਤ ਅੱਛੇ ਸਿਟੀ ਦੇ ਸਕੂਲਸ ਉੱਧਰ ਤੇ ਅਸੀਂ ਚਲਾਉਂਦੇ ਹੀ ਰਹਿੰਦੇ ਹਾਂ ਔਰ ਉਸ ਪ੍ਰੋਗਰਾਮ ਦਾ ਮੇਰੇ ਆਪਣੇ ਵੀ ਬੱਚੇ ਗਏ ਹੋਏ ਆ ਤੇ ਇਹ ਪ੍ਰੋਗਰਾਮ ਹਮੇਸ਼ਾ US ਦਾ ਬਹੁਤ ਲੱਗਦਾ ਹੁੰਦਾ ਬੱਚਿਆਂ ਦਾ ਉਸ ਪ੍ਰੋਗਰਾਮ 'ਚ ਬਹੁਤ ਹਿੱਸਾ ਬਣਦੇ ਆ ਔਰ ਕੈਨੇਡਾ ਦਾ ਸਾਨੂੰ ਮੌਕਾ ਮਿਲਿਆ ਤੇ ਅਸੀਂ ਬੱਚਿਆਂ ਤੱਕ ਇਹ ਗੱਲ ਪਹੁੰਚਾਈ ਹੈ ਮਤਲਬ ਇਹਦੇ ਵਿੱਚ ਬੱਚਾ ਜਿਹੜਾ ਆ ਕੁਛ ਸਿੱਖ ਕੇ ਆਏਗਾ ਕੁਛ ਕਰਕੇ ਆਏਗਾ ਔਰ ਉਹਦੇ ਬਾਅਦ ਜਦ ਬੱਚੇ ਦੀ ਆਪਣੀ ਪਰਸਨੈਲਿਟੀ ਹੁੰਦੀ ਹੈ ਜਦ ਓਵਰਆਲ ਇੱਥੋਂ ਤੁਸੀਂ ਇੱਕ ਸਟੇਟ ਤੋਂ ਦੂਜੀ ਸਟੇਟ ਬੱਚੇ ਨੂੰ ਘੁਮਾ ਦਿਓ ਆਪਣੀ ਪਿਕਨਿਕ ਕਰਨ ਜਾਂਦੇ ਆ ਜਾਂ ਉਹਦੇ ਵਿੱਚ ਬੱਚੇ ਦੀ ਪਰਸਨੈਲਿਟੀ ਵਿੱਚ ਚੇਂਜ ਹੁੰਦਾ ਜਦ ਇੰਟਰਨੈਸ਼ਨਲੀ ਘੁੰਮ ਕੇ ਆਉਂਦਾ ਤਾਂ ਨੈਚੁਰਲ ਹੈ ਉਹਦੀ ਓਵਰਆਲ ਉਹ ਕਹਿੰਦਾ ਮੰਮਾ ਮੈਨੇ ਇਹ ਦੇਖਾ ਉਹ ਦੇਖਾ ਨੈਚੁਰ ਉਹਦੀ ਓਵਰਆਲ ਪਰਸਨੈਲਿਟੀ ਔਰ ਉਹਦੀ ਲਰਨਿੰਗ 'ਚ ਬਹੁਤ ਫਰਕ ਹੁੰਦਾ ਦੋ ਸਵਾਲ ਪੁੱਛੂਗਾ ਜੀ ਇੰਪੋਰਟੈਂਟ ਇਸ ਵਕਤ ਤੁਸੀਂ 12 ਮਈ ਨੂੰ ਇੱਕ USA ਦਾ ਫੇਰ ਕਰਨ ਜਾ ਰਹੇ ਹੋ ਭਾਵੇਂ ਹਲੇ ਕਾਫੀ ਦੂਰ ਹੈ ਇਹਨੂੰ ਅਸੀਂ ਕੋਈ ਪ੍ਰਮੋਟ ਨਹੀਂ ਕਰ ਰਹੇ ਬਟ ਮੈਂ ਉਹਨਾਂ ਬੱਚਿਆਂ ਨੂੰ ਪੁੱਛਣਾ ਚਾਹ ਰਿਹਾ ਕਿ ਜਿਨ੍ਹਾਂ ਨੇ ਪਲੱਸ 2 ਤੋਂ ਬਾਅਦ USA ਜਾਣਾ ਉਹਨਾਂ ਨੂੰ ਅਟੈਂਡ ਕਰਨਾ ਚਾਹੀਦਾ ਇਹ ਸੈਮੀਨਾਰ ਬਿਲਕੁਲ ਜੀ ਬ੍ਰੈਂਟ ਸਮੋਕਰ ਆਪ ਆ ਰਹੇ ਆ ਨਬਰਾਸਕਾ ਯੂਨੀਵਰਸਿਟੀ ਤੋਂ ਉਸ ਦਿਨ ਔਰ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਫੀ ਹੈ ਉਹ ਵੇਵਰ ਹੈ ਔਰ ਇਸ ਟਾਈਮ ਪਲੱਸ ਪੁਆਇੰਟ ਕੀ ਹੈ ਨਬਰਾਸਕਾ ਯੂਨੀਵਰਸਿਟੀ ਨੇ ਪਾਇਲਟ ਪ੍ਰੋਜੈਕਟ ਚਲਾਇਆ ਹੈ ਜਿਹਦੇ ਵਿੱਚ ਕਿ ਜਿਹੜੇ ਬੱਚਿਆਂ ਦੇ 60% ਐਂਡ ਅਬਵ ਹੈ ਮੰਨ ਲਓ 80% 100% ਤੱਕ ਸਕਾਲਰਸ਼ਿਪ ਮਿਲ ਰਹੀ ਹੈ ਉਹਨਾਂ ਨੂੰ ਐਂਡ 70% ਐਂਡ ਅਬਵ ਹੈ ਸ਼ਾਇਦ 60% 50% ਸਕਾਲਰਸ਼ਿਪ ਹੈ ਅਗਰ ਯੂਨੀਵਰਸਿਟੀ ਦੀ ਫੀਸ
$22,000 है राइट, और उन्हों $10,000 भी स्कॉलरशिप मिलती है तो $12,000 रह गया, जबकि $12,000 एक छोटा कॉलेज भी नहीं ला सकता। तुसी एक हाई रैंकिंग यूनिवर्सिटी च पढ़ रहे हो जिन्हां दी खाली आइल्स रिक्वायरमेंट है 6 बैंड, नथिंग, कोई 60% मार्क्स होने चाहिए मिनिमम, लेकिन स्कॉलरशिप दे वास्ते तुहाडी परसेंटेज अच्छी होएगी तो 100% स्कॉलरशिप तक बच्चा जा सकता है। जब बच्चा 100% स्कॉलरशिप च चला गया तो बच्चे की टोटल फ्री एजुकेशन हो जाती है, और जब 60% 50% भी आ जाता है तो बच्चे की मेरे ख्याल 15-20 लाख से टोटल 4 साल की एजुकेशन हो जाती है। मैं इस वक्त दिल्ली भी ऑफिस खोलिया है, दिल्ली वाले बच्चे भी काफ़ी ਵੱਡੀ ਤਾਦਾਦ ਚ ਪੰਜਾਬ ਤੋਂ ਹੀ ਕੰਸਲਟੈਂਸੀ ਲੈਣ ਆਉਂਦੇ ਸੀਗੇ। ਬਿਲਕੁਲ। ਹੁਣ ਕਿਸ ਤਰ੍ਹਾਂ ਦੀਆਂ ਸਰਵਿਸਿਸ ਜਿਹੜੀਆਂ ਨੈਵੀਗੇਟਰ ਦਿੱਲੀ ਟੋਟਲ ਪੂਰਾ ਡੈਡੀਕੇਟਿਡ ਆਫਿਸ ਹੈ ਦਿੱਲੀ। ਮੈਂ ਆਪ ਉੱਥੇ ਹਫਤੇ ਦੇ ਵਿੱਚ 2 ਤੋਂ 3 ਦਿਨ ਬੈਠਦੀ ਹਾਂ, ਫਰਾਈਡੇ ਸੈਟਰਡੇ ਮੈਕਸੀਮਮ ਉੱਧਰ ਹੀ ਹੁੰਦੀ ਹਾਂ ਮੈਂ ਦਿੱਲੀ ਆਫਿਸ, ਕਿ ਮੈਂ ਸੈਟਰਡੇ ਮੰਡੇ ਉੱਧਰ ਹੋਊਂਗੇ, ਅਤੇ ਕਿਉਂਕਿ ਬੱਚਿਆਂ ਦਾ ਇਹ ਕਿ ਦਿੱਲੀ ਤੋਂ ਇੱਧਰ ਆਉਣਾ ਅਤੇ ਉਸਦੇ ਅਸੀਂ ਫੈਸਿਲਿਟੀ ਵਾਸਤੇ, ਕਿਉਂਕਿ ਦਿੱਲੀ ਦਾ ਆਪਣੇ ਆਪ 'ਚ ਇੱਕ ਬਹੁਤ ਬੜਾ ਮਾਰਕੀਟ ਹੈ ਔਰ 1.5 ਕਰੋੜ ਦੀ ਪਾਪੂਲੇਸ਼ਨ, ਆਪਣੇ ਪੂਰੇ ਪੰਜਾਬ ਦੀ 2 ਕਰੋੜ ਦੀ ਪਾਪੂਲੇਸ਼ਨ ਔਰ ਇੱਕ ਦਿੱਲੀ ਦੀ ਥੱਲੇ ਜਿਹੜੀ ਹੈ 1.5 ਕਰੋੜ ਦੀ ਪਾਪੂਲੇਸ਼ਨ ਆ, ਬੱਚਿਆਂ ਨੂੰ ਪ੍ਰੋਬਲਮਸ ਆ ਰਹੀਆਂ ਸੀਗੀਆਂ ਕਿਉਂਕਿ ਜੈਨੂਇਨ ਕੰਸਲਟੈਂਸੀ ਹਰ ਬੱਚਾ ਦੇਖਦਾ ਹੈ, ਅਤੇ ਕਿਉਂਕਿ ਨੈਵੀਗੇਟਰ ਦਾ ਇੱਕ ਆਪਣਾ ਨਾਮ ਹੈ, 18 ਸਾਲ ਪੁਰਾਣੀ ਕੰਸਲਟੈਂਸੀ, ਬੱਚਾ ਬਹੁਤ ਆਉਂਦਾ ਸੀ, ਇਸ ਕਰਕੇ ਅਸੀਂ ਉੱਥੇ ਰਜਿੰਦਰਾ ਪਲੇਸ ਦੇ ਵਿੱਚ, ਦਿੱਲੀ ਦੇ ਵਿੱਚ ਉਹ ਬਹੁਤ ਸੈਂਟਰਲੀ ਲੋਕੇਸ਼ਨ ਹੈ, ਉੱਥੇ ਅਸੀਂ ਇੱਕ ਸਵਾਲ, ਆਸਟ੍ਰੇਲੀਆ ਔਰ ਕੈਨੇਡਾ ਜਿਨ੍ਹਾਂ ਦੇ ਬੱਚੇ ਬੈਠੇ ਨੇ, ਜਿਨ੍ਹਾਂ ਦੇ ਮਾਂ ਬਾਪ ਨੇ ਜਾਣਾ, ਕਿੰਨਾ ਕੁ ਸੌਖਾ ਵੀਜ਼ਾ ਹੈ, ਕੀ ਕੀ ਡਾਕੂਮੈਂਟ ਨਾਲ ਲੱਗਦਾ ਹੈ? ਇਸੇ ਵੀਜ਼ੇ ਦੇ ਨਾਮ 'ਤੇ ਅੱਜ ਪੰਜਾਬ ਦੇ ਵਿੱਚ ਲੱਖਾਂ ਰੁਪਏ ਲੁੱਟ ਲਏ ਜਾਂਦੇ ਨੇ, ਕੀ ਨੈਵੀਗੇਟਰ ਗਏ ਹੋਏ ਬੱਚਿਆਂ ਦੇ ਮਾਂ ਬਾਪ ਨੂੰ ਸਰਵਿਸਿਸ ਪ੍ਰੋਵਾਈਡ ਕਰਵਾ ਰਿਹਾ? ਦੇਖੋ, ਜਿਹੜੇ ਬੱਚੇ ਕੈਨੇਡਾ ਗਏ ਜਾਂ ਆਸਟ੍ਰੇਲੀਆ ਗਏ, ਉਹਨਾਂ ਨੂੰ ਬਹੁਤ ਮਿਨੀਮਮ ਰੇਟ ਕੰਸਲਟੈਂਸੀ ਦੇ ਵਿੱਚ ਅਸੀਂ ਮਿਨੀਮਮ ਅਸੀਂ ਸ਼ਾਇਦ ਪੇਪਰ ਵਰਕ ਦਾ ਹੀ ਖਰਚਾ ਲੈਂਦੇ ਹਾਂ ਆਪਣਾ ਸਟੇਸ਼ਨਰੀ ਦਾ, ਔਰ ਉਹਨਾਂ ਦੇ 100% ਵੀਜ਼ੇ ਅਸੀਂ ਲੈ ਕੇ ਦਿੱਤੇ ਆ ਪੇਰੈਂਟਸ ਦੇ। ਟੂਰਿਸਟ ਵੀਜ਼ਾ ਕੈਟਾਗਰੀ ਵਿੱਚ ਆਉਂਦੇ ਆ, ਉਹਨਾਂ ਦਾ ਕੋਈ ਇੰਨਾ ਕੋਈ ਲੰਬਾ ਚੌੜਾ ਉਹ ਨਹੀਂ ਹੁੰਦਾ, ਕਿਉਂਕਿ ਕੰਸਲਟੈਂਟ ਕਿੱਦਾਂ ਦਾ, ਉਹਦਾ ਕਿੰਨਾ ਐਕਸਪੀਰੀਅੰਸ ਹੈ, ਇਹ ਤੁਹਾਡਾ ਮੈਟਰ ਕਰਦਾ ਹੈ। ਬਾਰ ਬਾਰ ਮੈਂ ਇਹ ਗੱਲ ਕਹਿਣਾ ਚਾਹੂੰਗੀ ਕਿ ਕੰਸਲਟੈਂਟ ਅੱਛਾ ਹੋਏ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਹੁਣ ਵੀ ਬੱਚੇ ਮੇਰੇ ਖਿਆਲ ਪਿਛਲਾ ਇਨਟੇਕ ਕਿਹੜਾ ਗਿਆ ਆਸਟ੍ਰੇਲੀਆ ਦਾ, ਫਰਵਰੀ ਇਨਟੇਕ ਦਾ, ਫਰਵਰੀ ਇਨਟੇਕ ਦੇ ਪੇਰੈਂਟਸ ਦੇ ਵੀਜ਼ੇ ਸਾਡੇ ਪਰਸੋਂ ਆ ਚੁੱਕੇ ਆ, ਕਿਉਂਕਿ ਪੇਰੈਂਟਸ ਨੇ ਜਲਦੀ ਲਾ ਸਕਦਾ ਮਾਂ ਪਿਓ। ਹਾਂ ਬਿਲਕੁਲ ਜੀ, ਅਸੀਂ ਤੇ ਨਾਲ ਦੀ ਨਾਲ ਅਸੀਂ ਕਹਿੰਦੇ ਹਾਂ ਤੁਸੀਂ ਲਗਵਾਓ ਬੱਚੇ ਦਾ ਵੀਜ਼ਾ ਜੇ ਜਾਣਾ ਚਾਹੁੰਦੇ ਹੋ। ਕੈਨੇਡਾ ਵੀ ਇੱਦਾਂ ਹੀ ਹੈ, ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਬੱਚਾ ਚਲਿਆ ਗਿਆ, ਬੱਚਾ ਕਈ ਵਾਰੀ, ਕਿਉਂਕਿ ਜਦ ਬੱਚਾ ਜਾਂਦਾ ਉਸ ਟਾਈਮ ਉਹਨੂੰ ਇਹ ਹੁੰਦਾ ਕਿ ਮੈਂ ਪੇਰੈਂਟਸ ਜੇ ਆ ਜਾਂਦੇ ਉਸ ਟਾਈਮ ਥੋੜ੍ਹਾ ਜਿਹਾ ਹੋਮਸਿਕ ਵੀ ਹੁੰਦਾ, ਔਰ ਮਦਰ ਨੂੰ ਅਕਸਰ ਹਰ ਬੱਚਾ ਮਿਸ ਕਰਦਾ, ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਜਦ ਬੱਚਾ ਜਾਂਦਾ ਤੇ ਪੇਰੈਂਟਸ ਇੱਕ ਵਾਰੀ ਜ਼ਰੂਰ ਮਿਲਣ ਜਾਣ, ਕਿਉਂਕਿ ਬੱਚੇ ਪੇਰੈਂਟਸ ਦੇ ਦਿਮਾਗ 'ਚ ਵੀ ਹੁੰਦਾ ਕਿ ਬੱਚਾ ਸਾਡਾ, ਇੰਡੀਆ ਦੀ ਇੱਕ ਮੈਂਟੈਲਿਟੀ ਹੁੰਦੀ ਹੈ ਬੱਚਾ ਸੇਫ ਹੈ ਅਨਸੇਫ ਹੈ, ਕਿ ਆਪ ਜਾ ਕੇ ਤੁਸੀਂ ਬੱਚੇ ਨੂੰ ਦੇਖੋ ਕਿਹੋ ਜਿਹੀ ਕੰਟਰੀ 'ਚ ਬੱਚਾ ਗਿਆ, ਕਿੰਨੀ ਸਾਫ਼ ਸੁਥਰੀ ਕੰਟਰੀ ਹੈ, 100% ਸਿਕਿਓਰਡ ਕੰਟਰੀ, ਔਰ ਬੱਚੇ ਨੂੰ ਵੀ ਉਸ ਟਾਈਮ ਜਿਹੜਾ ਇੱਕ ਮਾਂ ਬਾਪ ਦੀ ਕਮੀ ਫੀਲ ਹੁੰਦੀ ਹੈ 1 ਮਹੀਨੇ 2 ਮਹੀਨੇ ਦੇ ਅੰਦਰ ਜਾਂ 3 ਮਹੀਨੇ 4 ਮਹੀਨੇ ਦੇ ਅੰਦਰ, ਉਹ ਜਾ ਕੇ ਬੱਚੇ ਫੰਡ ਕਿੰਨੇ ਚਾਹੀਦੇ ਇੱਥੇ ਮਾਂ ਪਿਓ ਨੂੰ ਖਾਤੇ ਦੇ ਵਿੱਚ, ਜਾਂ ਕੋਈ ਵੱਡੀ ਸ਼ਰਤ ਜਿਹੜੀ ਤਿਆਰ ਕਰ ਲੈਣ ਬੱਚੇ ਮਾਂ ਪਿਓ? ਮਾਂ ਪਿਓ ਦੀ ਐਡੀ ਕੋਈ ਵੱਡੀ ਸ਼ਰਤਾਂ ਨਹੀਂ ਹੈ ਕਿ 15 ਲੱਖ 20 ਲੱਖ ਹੋਣ, ਉਹ 5-7 10 ਲੱਖ ਹੋਣ ਫਿਰ ਵੀ ਜਾ ਸਕਦੇ, ਲੇਕਿਨ ਇਹ ਅੰਬੈਸੀ ਦੇ ਉੱਪਰ ਹੁੰਦਾ ਉਹਨਾਂ ਦਾ ਪ੍ਰੋਫਾਈਲ ਦੇਖਣਾ, ਕਿਉਂਕਿ ਸਲਾਨਾ ਇਨਕਮ ਕਿੰਨੀ ਹੈ, ਇਹ ਉਹਨਾਂ ਦੇ ਬੱਚੇ ਕਿੰਨੇ ਹੈ। ਦੇਖੋ, ਇੱਕ ਟੂਰਿਸਟ ਵੀਜ਼ਾ ਜਿਹਦੇ ਵਿੱਚ ਉਹਨਾਂ ਨੇ ਇਹ ਸ਼ੋਅ ਕਰਨਾ ਕਿ ਅਸੀਂ ਵਾਪਸ ਜ਼ਰੂਰ ਆਉਣਾ, ਜਦ ਵਾਪਸ ਆਉਣਾ ਤੁਹਾਡੇ ਕੋਲ ਇੱਕ ਪ੍ਰੋਪਰ ਹੋਣਾ ਚਾਹੀਦਾ। ਲੇਕਿਨ ਜਦ ਬੱਚਾ ਉੱਥੇ ਪੜ੍ਹ ਗਿਆ, ਨੈਚੁਰਲ ਹੈ ਕਿ ਅੰਬੈਸੀ ਇਸ ਨੂੰ ਬਹੁਤ ਪਲੱਸ ਪੁਆਇੰਟ ਦੇਖਦੀ ਹੈ। ਮੇਰੇ ਖਿਆਲ ਸਾਡਾ ਅੱਜ ਤੱਕ ਕੋਈ ਵੀਜ਼ਾ ਇਸ ਬੇਸ 'ਤੇ ਰਿਜੈਕਟ ਵੀ ਨਹੀਂ ਹੋਇਆ ਹੋਏਗਾ ਜੀ। ਹੁਣ ਅਸੀਂ ਗੱਲਬਾਤ ਕਰਾਂਗੇ ਉਹਨਾਂ ਵਿਦਿਆਰਥੀਆਂ ਦੀ ਜਿਨ੍ਹਾਂ ਦੇ ਨੈਵੀਗੇਟਰਸ ਤੋਂ ਵੀਜ਼ਾ ਲੱਗੇ ਨੇ। ਵੀਜ਼ਾਸ ਤੋਂ ਬਾਅਦ ਅਸੀਂ ਆਸਟ੍ਰੇਲੀਆ ਬਾਰੇ ਸਪੈਸੀਫਿਕ, ਕਿਉਂਕਿ ਨੈਵੀਗੇਟਰ ਦੇ ਕਾਫੀ ਟਾਈ ਅਪਸ ਨੇ ਉੱਥੇ, ਕਾਫੀ ਕੁ ਬੱਚੇ ਕਨਫਿਊਜ਼ ਨੇ ਐਡਮਿਸ਼ਨਸ ਲੈਣ ਨੂੰ। ਅਸੀਂ ਹਰ ਸ਼ੋਅ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ। ਅੱਜ ਕੱਲ੍ਹ ਪੰਜਾਬ ਦੇ ਵਿੱਚ ਰੇਡੀਓ ਟੀ ਵੀ ਅਖਬਾਰ ਦੇ ਵਿੱਚ ਮੈਗਜ਼ੀਨਾਂ ਦੇ ਵਿੱਚ ਬਹੁਤ ਸਾਰੀ ਐਡ ਆ ਰਹੀ ਹੈ ਆਸਟ੍ਰੇਲੀਆ ਚੱਲੋ, ਉਹ ਲੋਕ ਐਡ ਲਾ ਰਹੇ ਨੇ ਜਿਹੜੇ ਆਪ ਕਦੇ ਆਸਟ੍ਰੇਲੀਆ ਨਹੀਂ ਗਏ, ਕਦੇ ਬੱਚੇ ਨਹੀਂ ਉਹਨਾਂ ਦੇ ਗਏ। ਸੋ ਇਸ ਚੀਜ਼ ਤੋਂ ਅਸੀਂ ਤੁਹਾਨੂੰ ਬਚਾਉਣਾ ਚਾਹੁੰਦੇ ਕਿ ਸਾਡੇ ਕੋਲ ਤਕਰੀਬਨ 4 ਕੰਪਨੀਆਂ ਆਸਟ੍ਰੇਲੀਆ ਦੀ ਉਹ ਆਉਂਦੀਆਂ ਜਿਹੜੀਆਂ 20-18 ਸਾਲ ਤੋਂ ਕੰਮ ਕਰ ਰਹੀ ਨੇ। ਅੱਜ ਅਸੀਂ ਨੈਵੀਗੇਟਰ ਬਾਰੇ ਜਾਣਾਂਗੇ, ਪਰ ਇੱਕ ਛੋਟੇ ਜਿਹੇ ਬੱਚਿਆਂ ਦੀਆਂ ਬਾਇਟਸ ਤੋਂ ਬਾਅਦ। And I completed my plus 2 from CBSE board with commerce. I have to continue with office administration course, which is not available in India, and I have to go to Canada for this. My sister recommended Navigator overseas for this, as she got her student visa in first attempt only. And so I went to them. They recommended me some college, and one of the best college was Parkland College, and they applied for me and they helped me a lot in it. Miss Aditi ma'am helped me in
preparation of visa interview, and then in some days only my visa, I got my visa, and I'm going to abroad in next few days. I suggest all students to visit here if they want to go to abroad. My name is Manpreet Kaur Jahir. I belong to District Mansa. I have done my graduation from Guru Angad Dev Veterinary and Animal Science University. And in the field of fishery science, I got 75% marks. And for my higher study, I chose to go abroad. One of my friends recommended me to apply my visa application to Navigator Overseas. And I did my IELTS exam in 2016 in February. And I got 6.5 grand score, not less than 6 in each. And here I met Deepika ma'am. She is very nice, and through her I came to know various options for my study, and I chose one of my most suitable option, that is wildlife and fisheries management program. And now I am very happy as I got my visa within 2 months. All the staff members are very cooperative and very nice. They handle every student in very nice way. My name is Vishal Pathania. Basically, I am from Himachal Pradesh, and I've got 5.5 bands, and I have applied for New Zealand for my study visa from Navigators, and I had 2 years gap, but Navigators officials still worked hard, and so finally I got visa from New Zealand, and my college name is Eden College. It's a government college. It is located at Auckland, 15 Heritage State. Now I am going for Adelaide College. Now I can shave up my dreams. Thankful for all Navigators team. ਸੋ ਇਹ ਬਾਈਟਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਗੱਲਬਾਤ ਦਾ ਰਾਬਤਾ ਜਿਹੜਾ ਸ਼ੁਰੂ ਕਰਾਂਗੇ ਮੈਮ। ਇਸ ਵਕਤ ਜਿਵੇਂ ਮੈਂ ਭੂਮਿਕਾ 'ਚ ਪਹਿਲਾਂ ਜ਼ਿਕਰ ਕੀਤਾ ਕਿ ਬੱਚਿਆਂ ਨੂੰ ਅੱਜ ਆਸਟ੍ਰੇਲੀਆ ਜਾਣ ਦੀ ਐਪਲੀਕੇਸ਼ਨ ਖੋਲ੍ਹੇ ਦਊਂਗਾ ਮੈਂ ਤਾਂ ਇੱਕ ਬੱਚੇ ਦੇ ਹੱਥੋਂ ਖੋਲ੍ਹ ਕੇ ਆਪਣੇ ਦਫ਼ਤਰ ਜਾ ਕੇ ਅਪਲਾਈ ਕਰਨਾ 20-30 ਹਜ਼ਾਰ ਰੁਪਏ ਪ੍ਰੋਸੈਸਿੰਗ ਫੀਸ ਖਾਣ ਦਾ ਪੰਜਾਬ 'ਚ ਬਹੁਤ ਰਿਵਾਜ਼ ਚੱਲਿਆ ਹੈ। ਇੱਕ ਬੱਚਾ ਆਪਣਾ ਵੀਜ਼ਾ ਕਿਵੇਂ ਸਕਸੈਸ ਕਰਾਵੇ ਆਸਟ੍ਰੇਲੀਆ ਦਾ, ਕਿਵੇਂ ਪਹੁੰਚ ਪਾਏ ਸਹੀ ਢੰਗ ਨਾਲ? ਦੇਖੋ ਰਣਵੀਰ ਜੀ, ਮੈਂ ਦੱਸੂੰਗੀ ਕਿ ਬੱਚੇ ਦੇ 6 ਬੈਂਡ ਹੋਣ, ਪਰਸੈਂਟੇਜ ਠੀਕ ਹੋਏ, 60% ਐਂਡ ਅਬਵ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਦੇ ਲੈਣ ਦੀ। 55% ਵਾਲਾ ਬੱਚਾ ਵੀ ਅਪਲਾਈ ਕਰ ਸਕਦਾ ਹੈ, ਲੇਕਿਨ ਜਿਹੜਾ ਜ਼ਿਆਦਾ ਸਕਸੈਸਫੁਲ ਬੱਚਾ, ਜਿੰਨਾ ਅੱਛਾ ਰਿਕਾਰਡ ਹੈ, ਉਨੀ ਅੱਛੀ ਐਪਲੀਕੇਸ਼ਨ ਹੈ, ਕਿਉਂਕਿ ਹਾਇਰ ਐਜੂਕੇਸ਼ਨ ਦਾ ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਵੋਕੇਸ਼ਨਲ ਤੋਂ। ਹਾਇਰ ਐਜੂਕੇਸ਼ਨ ਦਾ ਮਤਲਬ ਹੈ ਯੂਨੀਵਰਸਿਟੀ ਪ੍ਰੋਗਰਾਮਸ ਦਾ। ਹੁਣ ਯੂਨੀਵਰਸਿਟੀ ਪ੍ਰੋਗਰਾਮਸ ਵੀ ਜਿਹੜੇ ਆ ਕਾਫੀ ਸਾਰੇ, ਕੱਲ ਵੀ ਸੈਮੀਨਾਰ ਸੀਗਾ ਸਾਡੇ ਆਫਿਸ ਦੇ ਵਿੱਚ, ਔਰ ਪਰਸੋਂ ਵੀ ਸੀਗਾ। ਪਰਸੋਂ ਵੈਸਟਰਨ ਆਸਟ੍ਰੇਲੀਆ ਦੀ ਯੂਨੀਵਰਸਿਟੀਆਂ ਸੀਗੀ, ਕੱਲ ਆਲ ਓਵਰ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਜਾਂ ਕੁਈਨਜ਼ਲੈਂਡ ਤੋਂ ਯੂਨੀਵਰਸਿਟੀਆਂ ਆਈ ਹੋਈ ਸੀਗੀਆਂ। ਹਰ ਯੂਨੀਵਰਸਿਟੀ ਇਸ ਟਾਈਮ ਬੱਚੇ ਦਾ ਮੈਕਸੀਮਮ 70% ਯੂਨੀਵਰਸਿਟੀਜ਼ ਬੱਚੇ ਦਾ ਇੰਟਰਵਿਊ ਲੈਂਦੀਆਂ, ਜੀ ਟੀ ਜਿਹਨੂੰ ਕਹਿ ਦਿੰਦੇ ਆ। ਉਹਦਾ ਮਤਲਬ ਕੀ ਆ, ਬੱਚੇ ਦੀ ਅਕੈਡਮਿਕ ਰਿਪੋਰਟ, ਬੱਚੇ ਦਾ ਫਾਈਨੈਂਸ਼ੀਅਲ ਜਾਂਦੇ ਆ, ਉਹਦੇ ਬਾਅਦ ਸਟੇਟਮੈਂਟ ਆਫ ਪਰਪਸ ਕਿੰਨਾ ਅੱਛਾ ਲਿਖਿਆ ਹੈ, ਦੈਟ ਮੀਨਸ ਬੱਚੇ ਨੇ ਰਿਸਰਚ ਕਿੰਨੀ ਕੀਤੀ ਹੈ ਆਸਟ੍ਰੇਲੀਆ ਦੇ ਵਿੱਚ। ਜੇ ਬੱਚਾ ਮਾਰ ਖਾ ਰਿਹਾ, ਕੋਈ ਵੀ ਬੱਚਾ ਮਾਰ ਖਾ ਰਿਹਾ, ਉਹ ਖਾਲੀ ਰਿਸਰਚ 'ਤੇ ਮਾਰ ਖਾ ਰਿਹਾ। ਇਸ ਟਾਈਮ ਜਿਹੜੀ ਅੱਛੀ ਕੰਸਲਟੈਂਸੀ ਹੈ, ਬਾਰ ਬਾਰ ਮੈਂ ਇਹ ਵਰਡ ਮੈਂ ਰਿਪੀਟ ਕਰੂੰਗੀ, ਜਿਹੜੇ ਬਹੁਤ ਮੰਨੇ ਹੋਏ ਕੰਸਲਟੈਂਟ ਹੈ, ਜਿੱਦਾਂ ਸਾਡੀ ਕੰਪਨੀ ਨੈਵੀਗੇਟਰਸ 18 ਸਾਲ ਹੋ ਗਏ ਕੰਮ ਕਰਦੇ, ਅੱਜ ਦੇ ਦਿਨ ਸਾਨੂੰ ਆਸਟ੍ਰੇਲੀਆ ਦੇ ਵਾਸਤੇ ਬੱਚੇ ਦਾ ਕੰਮ ਜ਼ਿਆਦਾ ਕਰਨਾ ਪੈਂਦਾ ਹੈ। ਇੰਨਾ ਸੌਖਾ ਨਹੀਂ ਰਹਿ ਗਿਆ, ਬੱਚੇ ਦੇ ਡਾਕੂਮੈਂਟਸ ਲੈਣਾ, ਬੱਚੇ ਦੀ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਾਉਣੀ, ਬੱਚੇ ਦਾ SOP ਦੇ ਵਾਸਤੇ ਉਹਨੂੰ ਗਾਈਡ ਕਰਨਾ, ਕਿਉਂਕਿ ਆਫਟਰ ਆਲ ਬਣਾਉਣਾ ਬੱਚੇ ਨੇ ਹੈ। ਹਾਂ, ਰੀਜ਼ਨ ਕਿ ਉਹਨੇ ਕਿੰਨੀ ਰਿਸਰਚ ਕੀਤੀ ਹੈ, ਜਦ ਯੂਨੀਵਰਸਿਟੀ ਤੋਂ ਇੰਟਰਵਿਊ ਹੁੰਦਾ ਹੈ ਉਹਦੇ ਵਿੱਚ ਬੱਚੇ ਦੀ ਇੰਟਰਵਿਊ ਹੁੰਦੀ ਹੈ, ਉਹਦੇ ਵਿੱਚ ਕੰਸਲਟੈਂਟ ਦੀ ਇੰਟਰਵਿਊ ਨਹੀਂ ਹੁੰਦੀ ਹੈ, ਉਹਦੇ ਵਿੱਚ ਐਫਰਟ ਬਹੁਤ ਜ਼ਿਆਦਾ ਲੱਗ ਰਿਹਾ। ਇਸ ਕਰਕੇ ਕੋਈ ਵੀ ਜਿਹੜਾ ਬੱਚਾ ਜਿਹਦੀ ਆਰਟਸ ਦੇ ਵਿੱਚ ਵੀ ਤੁਸੀਂ ਦੇਖੋ, ਜੇ ਬੱਚੇ ਨੇ ਇਕਨੋਮਿਕਸ ਲਿੱਤੀ ਹੋਈ ਹੈ, ਸਾਈਕੋਲੋਜੀ, ਉਹ ਅੱਛੇ ਸਬਜੈਕਟ ਹੈ। ਜੇ ਹੋਮ ਸਾਇੰਸ ਲੈ ਲਈ ਹੈ, 2 ਸਬਜੈਕਟ ਪੰਜਾਬੀ ਦੇ ਰੱਖ ਲਏ, ਮਿਊਜ਼ਿਕ, ਇੱਦਾਂ ਦੇ ਸਬਜੈਕਟਸ ਦੇ ਵਿੱਚ ਅਸੀਂ ਅਵੋਇਡ ਕਰ ਰਹੇ ਹਾਂ, ਕੋਈ ਵੀ ਬੰਦਾ ਅਵੋਇਡ ਕਰੇਗਾ ਉਹ ਬਹੁਤ ਜ਼ਿਆਦਾ ਰਿਜੈਕਸ਼ਨ ਦੀ ਤਰਫ ਕੇਸ ਜਾ ਰਿਹਾ। ਇਸ ਕਰਕੇ ਜਿਹੜੇ ਅੱਛੇ ਬੱਚੇ ਆ, ਹਾਂ ਜਿਹੜੇ ਬੱਚੇ ਲੱਗਦਾ ਕਿ ਹਜੇ +2 ਦਾ ਰਿਜ਼ਲਟ ਆ, ਹੁਣ ਇਗਜ਼ਾਮ ਖਤਮ ਹੀ ਹੋਏ ਆ, ਉਹ ਬੱਚੇ, ਉਹਨਾਂ ਦੇ ਵਾਸਤੇ ਅਸੀਂ ਬਹੁਤ ਅੱਛਾ ਪ੍ਰੋਗਰਾਮ ਕੱਢਿਆ AUPP ਦੇ ਨਾਮ ਤੋਂ, ਅਬਰੋਡ ਯੂਨੀਫਾਈਡ ਪਾਥਵੇ ਪ੍ਰੋਗਰਾਮ। ਬੱਚਾ ਆਇਲਸ ਕਰੇਗਾ, ਮੇਰੇ ਖਿਆਲ 3 ਮੰਥਸ ਦਾ ਟਾਈਮ ਲੱਗੇਗਾ, ਔਰ ਬੱਚੇ ਦੇ ਜਿਹੜੇ ਫੰਡ ਪੁਰਾਣੇ ਆ ਉਹ ਵੀ 3 ਮਹੀਨੇ ਪੁਰਾਣੇ ਚਾਹੀਦੇ। ਦੈਟ ਮੀਨਸ ਬੱਚਾ ਜੇ ਅਰੇਂਜ ਕਰ ਰਿਹਾ 17-18 ਲੱਖ ਰੁਪਏ ਉਹਨੇ ਰੱਖਣਾ,
बैंक दे विच अकाउंट दे विच ते ओह जिहड़ा अरेंज करेगा कोई फसल सेल हुई है या जो भी होया उन्नू आंदे वी ओह 3 महीने पुराने बच्चे नू फंड चाहिए। दैट मीनस सारा सैटअप करदे करदे बच्चे नू 4-5-6 महीने निकल जाते हैं, वह गैप क्रिएट हो जाता है। उहदे विच असीं प्रोग्राम लैके आए हैं जिहदे विच बच्चा 10 महीने इत्थे पढ़ेगा, नैविगेटर इंस्टीट्यूट च पढ़ेगा। उहदा कंटेंट आस्ट्रेलियन है, आस्ट्रेलियन कंटेंट है। हर महीने एक सब्जेक्ट पढ़ेगा, आइल्स विच फ्री उन्नू पढ़ाई जाएगी उस मॉड्यूल्स दे विच। और 10 महीने के बाद बच्चा जब उत्थे अप्लाई करेगा सीधा डायरेक्ट सेकंड ईयर च अप्लाई करेगा। दैट मीनस असी बच्चे का एक साल का खर्चा बचाता, फीस भी बच गई, आइल्स भी होगी, फंड भी मेंटेन हो गए, और वीजा 100% की तरफ जाएगा क्योंकि ये जी मिनिमम क्राइटेरिया बच्चे का लैन का 55% है। स्टूडेंट्स भी जिदा मैं दसिया म्यूजिक व्यूजिक वाले असं नहीं लै रहे, अच्छे सब जड़े स्टूडेंट्स है, आइल्स भी असं गरंटी देवे 6 बैंक, क्योंकि जब तक बच्चा वो कोर्स कर रहा है 10 महीने साढ़े को असी उन्हों 4 महीने से तैयारी कराइए, 5 क्योंकि बच्चा एक्स्ट्रा तो कोई पे नहीं कर रहा, तो वो भी असं गरंटी लै रहे हैं। जब बच्चे की थोड़ी जी भी प्रॉब्लम है इस प्रोग्राम के थ्रू जा सकते, और अदरवाइज जब बच्चा डायरेक्ट इलीजिबल है वो परसेंटेज बहुत अच्छी है, आइल्स वो कर सकते। सो प्रोग्राम अगर नहीं बढ़ा पावे, प्रोग्राम बहुत अच्छा है, 10 महीने तुम इतने पढ़ सकते हो, फंड अपने तैयार कर सकते हो, आइल्स तैयार कर सकते हो, क्रेडिट भी मिलेंगे जी बच्चे को, टोटल 1 ईयर क्रेडिट मिल जाना है, फीस घट जानी है। सो इस प्रोग्राम संबंधी जे तुहाडी केस आस्ट्रेलिया जाने का वीक है तो नैविगेटर वीना जी तो एक बार असैसमेंट करा लो किन्ने बेनीफिट्स तुम्हें आस्ट्रेलिया के होंगे। वधेरे जानकारी नंबरों के उपर कॉन्टैक्ट कर सकते हो। अज्ज का शो इत्थे खत्म कर रहे हैं, धन्यवाद, सत श्री अकाल।